ਚੰਡੀਗੜ੍ਹ ਤੋਂ ਡਿਬਰੂਗੜ੍ਹ 15904 11:35 ਤੋਂ ਚੱਲੀ ਸੀ। ਹਾਲਾਂਕਿ ਗੋਂਡਾ ਦੇ ਕੋਲ 20 ਕਿਲੋਮੀਟਰ ਪਹਿਲਾਂ ਇੱਕ ਹਾਦਸਾ ਹੋਇਆ ਜਿਹਦੇ ਵਿੱਚ ਹੁਣ ਹੈਲਪਲਾਈਨ ਨੰਬਰ ਜਿਹੜਾ ਉਹ ਵੀ ਜਾਰੀ ਕਰ ਦਿੱਤਾ ਗਿਆ ਔਰ ਜਿੰਨੀ ਜਿਹੜੀ ਟ੍ਰੇਨ ਦੇ ਵਿੱਚ ਕੋਚ ਸੀਗੀ ਉਹ ਸਾਰੀ ਡਿਟੇਲ ਇੱਥੇ ਰੱਖੀ ਗਈ ਹੈ। ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੇਕਰ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਇਹ ਸਾਰੀ ਜਿਹੜੀ ਡਿਟੇਲ ਹੈ ਉਹ ਦਿੱਤੀ ਹੋਈ ਹੈ। ਹਾਲਾਂਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਇਹ ਤਸਵੀਰਾਂ ਨੇ ਜਿੱਥੇ ਇਸ ਪੂਰਾ ਜਿਹੜਾ ਹੈਗਾ ਉਹ ਡਿਟੇਲ ਦਿੱਤੀ ਹੋਈ ਹੈ। ਇਹ ਪੂਰਾ ਕੋਚਿਸ ਦਾ ਤੁਹਾਨੂੰ ਥੋੜ੍ਹਾ ਸਮਝਾਉਣ ਦੀ ਕੋਸ਼ਿਸ਼ ਕਰਦੇ। 2 AC ਦੀ ਜਿਹੜੀ ਕੋਚ ਹੈ A1 ਇਹਦੇ 52 ਪਰਸਨ ਸੀ। 3 AC ਦੀ ਕੋਚ B1 B2 B3 P4 ਇਹਦੇ 'ਚ ਟੋਟਲ 72 ਪਰਸਨ ਸੀਗੇ, ਯਾਨੀ ਕਿ 72 × 4। SL ਜਿਹੜੀ ਦੂਜੀ ਕੋਚ S1 ਇਹਦੇ 'ਚ ਸੀਗੇ S1 S2 S3 S4 S5 S6 80, ਯਾਨੀ ਕਿ ਟੋਟਲੀ ਫੁੱਲ ਸੀਗੀ। ਇਹਦੇ 'ਚ ਦੂਜੀ ਕੋਚ ਸੀਗੀ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਿਹੜੀ ਚੰਡੀਗੜ੍ਹ ਰੇਲਵੇ ਸਟੇਸ਼ਨ ਹੈ ਉਹ ਲਗਾਤਾਰ ਇਹਦੇ ਵਿੱਚ ਕਰ ਰਹੀ ਹੈ ਅਤੇ ਇੱਕ ਪੂਰਾ ਹੈਲਪਲਾਈਨ ਨੰਬਰ ਜਿਹੜਾ ਜਾਰੀ ਕੀਤਾ ਗਿਆ ਔਰ ਇਹਦੇ ਵਿੱਚ ਮਕਸਦ ਇਹੀ ਹੈ। ਇਹ ਕਈ ਲੋਕ ਵੀ ਜਿਹੜੇ ਜੁੜੇ ਨੇ ਭਈਆ ਹੈਲੋ ਦੋ ਮਿੰਟ ਆਪਕਾ ਬ੍ਰਦਰ ਥਾ ਲੇਟ ਹੋ ਰਿਹਾ ਹਾਂਜੀ ਸਰ ਮੇਰੇ ਅਭੀ ਗਾੜੀ ਪਕੜਨਾ ਸਰ ਲੇਟ ਬਸ ਇਹ ਬਤਾ ਦੀਜੀ ਆਪਕਾ ਬ੍ਰਦਰ ਕਹਾਂ ਸੇ ਚੜਾ ਥਾ ਯਹੀਂ ਸੇ ਚੜਾ ਥਾ ਹਾਂਜੀ ਯਹੀਂ ਚੜਾ ਥਾ ਬਾਤ ਹੋਈ ਹੈ ਭਾਈ ਸੇ ਹਾਂ ਕਿਆ ਕਹਿ ਰਹੇ ਹੋ ਬੋਲੇ ਅਭੀ ਸੁਰੱਖਿਅਤ ਹੂੰ ਗਾੜੀ ਮੇਂ ਹੂੰ ਮੈਂ ਅਭੀ ਉਨਹੋਨੇ ਬਤਾਇਆ ਵਹਾਂ ਕਾ ਹਾਲ ਕਿਆ ਹੈ ਹਾਲ ਚਾਲ ਬਤਾਇਆ ਵਹਾਂ ਬੋਲਾ ਬਹੁਤ ਬੰਦੇ ਘਾਇਲ ਹੈ ਗਾੜੀ ਸਭ ਆ ਰਹੀ ਹੈ ਐਂਬੂਲੈਂਸ ਸਭ ਉਹ ਸਭ ਲੈ ਜਾ ਰਹੇ ਹੈ ਫਿਰ ਠੀਕ ਹੈ ਮਤਲਬ ਫੈਮਿਲੀ ਸਭ ਔਰ ਜਿਸਕੇ ਥੇ ਵਹਾਂ ਆਏ ਹੈ ਤੋ ਫੋਨ ਪੇ ਬਾਤ ਕੀਆ ਤੋ ਸਭ ਰੋ ਰਹੇ ਥੇ ਅੱਛਾ ਤੋ ਸ਼ੋਰ ਆ ਰਹਾ ਥਾ ਇਸ ਲਈ ਇਹੀ ਦੇਖਾ ਆਪ ਵਹੀਂ ਜਾ ਰਹੇ ਹੋ ਨਹੀਂ ਮੈਂ ਅਭੀ ਆਪ ਘਰ ਜਾ ਰਹਾ ਹੂੰ ਆਪ ਭਈਆ ਚਲੇ ਗਏ ਨਿਕਲ ਗਏ ਨੂੰ ਵਹੀਂ ਨਿਕਲ ਗਏ ਠੀਕ ਹੈ ਤੋ ਕਈ ਜਿਹੜੇ ਰਿਲੇਟਿਵਸ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਕਿਉਂਕਿ ਜਿਹਦਾ ਪਤਾ ਲੱਗ ਰਿਹਾ ਉਹ ਸਾਰੇ ਇੱਥੇ ਪਹੁੰਚ ਕੇ ਪੂਰਾ ਹੈਲਪਲਾਈਨ ਨੰਬਰ ਦੇ ਜ਼ਰੀਏ ਜਾਂ ਫਿਰ ਇੱਥੇ ਆ ਕੇ ਚੰਡੀਗੜ੍ਹ ਰੇਲਵੇ ਸਟੇਸ਼ਨ ਕਿਉਂਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਹੀ ਇਹ ਪੂਰੀ ਜਿਹੜੀ ਟ੍ਰੇਨ ਹੈ ਉਹ ਇੱਥੋਂ ਚੱਲੀ ਸੀ। ਬੁੱਧਵਾਰ ਅਤੇ ਰਵੀਵਾਰ ਦੋ ਦਿਨ ਚੰਡੀਗੜ੍ਹ ਤੋਂ ਡਿਬਰੂਗੜ੍ਹ ਇੱਥੇ ਚੱਲਦੀ ਹੈ ਟ੍ਰੇਨ 15904 ਅਤੇ ਹਾਲਾਂਕਿ ਹੁਣ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਇੱਥੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ। ਵੱਖ ਵੱਖ ਜਿਹੜੇ ਇੱਥੇ ਜਿਹੜੀ ਵੀ ਕੋਚ ਨੇ S1 B1 ਇਹ ਜਿੰਨੇ ਵੀ 4 ਕੋਚਿਸ ਹੈ ਕਿਉਂਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਜਿਹੜਾ AC ਕੋਚ ਸੀਗਾ ਅੱਗੇ ਦੇ ਜਿਹੜੇ ਕੋਚ ਸੀਗੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਹੈਗਾ ਉਹੀ ਪਲਟੇ ਹੈ ਉਹਦੇ 'ਚ ਡੀਰੇਲ ਹੋਏ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਹੁਣ ਜਿੱਦਾਂ ਇਨਫੋਰਮੇਸ਼ਨ ਆ ਰਹੀ ਹੈ ਜਿੱਦਾਂ ਇਹ ਸਾਰੀ ਚੀਜ਼ਾਂ ਹੋ ਰਹੀਆਂ ਇਹ ਪੂਰਾ ਜਿਹੜਾ ਹੈਗਾ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਅਸੀਂ ਮੌਜੂਦ ਹਾਂ। ਚੰਡੀਗੜ੍ਹ ਰੇਲਵੇ ਡਿਪਾਰਟਮੈਂਟ ਵੱਲੋਂ ਵੀ ਇਹ ਪੂਰੀ ਲਿਸਟ ਜਾਰੀ ਕੀਤੀ ਗਈ ਹੈ ਕਿ ਕਿਹੜੀ ਕੱਲ੍ਹ ਕਿਉਂਕਿ ਪੂਰੀ ਲਿਸਟ ਜਿਹੜੀ ਆਪਾਂ ਜੇ ਗੱਲ ਕਰੀਏ ਤਾਂ ਪੂਰੀ ਜਿਹੜੀ ਟ੍ਰੇਨ ਹੈ ਉਹ ਫੁੱਲ ਸੀਗੀ, ਯਾਨੀ ਕਿ ਸਾਰੇ ਪੈਸੰਜਰ ਫੁੱਲ ਸੀਗੇ ਜਦ ਇੱਥੋਂ ਟ੍ਰੇਨ ਚੱਲੀ ਹੈ, ਯਾਨੀ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਉਹਦਾ ਟ੍ਰੇਨ ਚੱਲੀ ਹੈ ਅਤੇ ਹੁਣ ਪੂਰਾ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ। ਕੁਝ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਕਿਹਾ ਕਿ ਫੋਨ ਲਗਾਤਾਰ ਸਾਨੂੰ ਆ ਰਹੇ ਹੈ, ਹਾਲਾਂਕਿ ਉਹਨਾਂ ਦੇ ਪਰਿਵਾਰਕ ਮੈਂਬਰ ਠੀਕ ਹੈ ਕਿਉਂਕਿ ਅੱਗੇ ਦੇ ਜਿਹੜੇ ਕੋਚ ਹੈ ਉਹਨਾਂ 'ਚੋਂ ਕਾਫੀ ਜਿਹੜੀ ਹੈਗੀ ਉਹਦੇ ਇੰਜਰਡ ਹੋਏ ਹੈ ਕਈ ਔਰ ਜਿਹੜੀ ਮੌਤਾਂ ਦੀ ਵੀ ਗੱਲ ਸਾਹਮਣੇ ਆ ਰਹੀ ਹੈ, ਰਾਹਤ ਕਾਰੇ ਸਾਰਾ ਉੱਥੇ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ।